ਨੇ ਸਵੇ ਆਪਣਿਆਂ ਅਛਾਈਆਂ ਦਾ ਤਿਉਹਾਰ ਖੁਸ਼ੋਗਤੀ ਰਹੇ ਨਿਆਰੋ ਉਹ ਖੁਸ਼ੀ ਗਮੀ ਦੋਨੋਂ ਤੋਂ ਵੱਖਰਾ ਰਹਿੰਦਾ ਖੁਸ਼ੀ ਆਵੇ ਤੇ ਢੋਲ ਵਜਾਵਦਾ ਨੱਚਦਾ ਨਹੀਂ ਤੇ ਗਮੀ ਆ ਗਈ ਏ ਤੇ ਇਹ ਨਹੀਂ ਕਹਿੰਦਾ ਰੱਬ ਨੇ ਕੀ ਲੋੜਾ ਮਾਰ ਦਿੱਤਾ ਉਹ ਨਹੀਂ ਕਹਿੰਦਾ ਕਹਿੰਦਾ ਉਹ ਵੀ ਉਸੇ ਦੀ ਖੁਸ਼ੀ ਵੀ ਉਸੇ ਨੇ ਦਿੱਤੀ ਤੇ ਜਿਹੜੀ ਗਮਗੀਨਤਾ ਵੀ ਉਹਦੇ ਤੋਂ ਆ ਰਹੀ ਏ ਕੋਈ ਦੋਵੇਂ ਚੀਜ਼ਾਂ ਸੁਖ ਤੇ ਦੁੱਖ ਪ੍ਰਦਾਨ ਕਰ ਰਿਹਾ ਹੈ ਇਹਨਾਂ ਦੇ ਵਿੱਚ ਦੋਨਾਂ ਤੋਂ ਨਿਆਰੂ ਵੱਖਰਾ ਰਹਿੰਦਾ ਹੈ ਨਾ ਉਹਦੇ ਵਿੱਚ ਮਾਨ ਨਾ અપਮਾਨਾ ਕੋਈ ਆ ਕੇ ਥੋੜੀ ਜੀ ਉਸਤਤ ਕਰ ਗਿਆ ਉਹਨੂੰ ਉੱਠ ਕੇ ਸਰੂਪਾ ਦੇਣ ਲੱਗ ਪਿਆ ਕਿਸੇ ਨੇ ਦੋ ਬੋਲ ਬੋਲਤੇ ਉਹਦੇ ਲਈ ਡਾਂਗ ਖਿੱਚ ਲਈ ਨਹੀਂ ਨਾ ਕਿਸੇ ਦਾ ਉਪਮਾਨ ਨਾ ਕਿਸੇ ਦਾ ਮਾਨ ਵੇਖ ਕੇ ਫੁੱਲਦਾ ਨਾ ਕਿਸੇ ਦਾ અપਮਾਨ ਕਿਸੇ ਤੋਂ ਹੁੰਦਾ ਵੇਖ ਕੇ ਔਰ ਉਹ ਕਰੋਧਤ ਹੁੰਦਾ ਦੋਨਾਂ ਘਰ ਸੰਖੇਪ ਕਰਾ ਮਹਾਰਾਜ ਕਬੀਰ ਸਾਹਿਬ ਕਹਿੰਦੇ ਮੈਨੂੰ ਦੋਨਾਂ ਦੀ ਆਸ ਨਹੀਂ ਕੀ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂ ਰਾਦੇ ਹਮਕਾਹੂ ਕੀ ਕਾਨ ਨਾ ਕੱਢਤੇ ਨਾ ਨਰਕਾਂ ਦੀ ਤੇ ਨਾ ਸਵਰਗਾਂ ਦੀ ਮੈਂ ਕਿਸੇ ਦੀ ਕਨੌੜ ਨਹੀਂ ਚੱਲਦਾ ਕਿ ਕੋਈ ਕਲ ਨੂੰ ਆਕੇ ਵੀ ਤੈਨੂੰ ਮੈਂ ਮੇਰੇ ਕੋਲ ਆਕੇ ਸੁੱਖ ਮਿਲਿਆ ਕਿਉਂ ਨਹੀਂ ਕਹਿੰਦੇ ਮੇਰੇ ਗੁਰੂ ਦੀ ਮੇਰੇ ਤੇ ਕਿਰਪਾ ਹੈ ਹਮ ਕਾਹੂ ਕੀ ਕਾ ਨਾ ਕੱਢ ਤੇ ਆਪਣੇ ਗੁਰ ਪ੍ਰਸਾਦ ਦੇ ਮੇਰੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਰਹਿਣਾ ਹੈ ਗੁਰੂ ਦੀ ਕਿਰਪਾ ਨਾਲ ਮੈਨੂੰ ਕਿਰਪਾ ਚਾਹੀਦੀ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਪਾਪ ਪੁੰਨ ਤਹਿ ਭਈ ਕਹਾਵਤ ਕੂ ਨਰਕ ਕੋ ਸੁਰਗ ਬੰਛਾਵਤ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦਿਆ ਪਾਪ ਤੇ ਪੁੰਨ ਨਰਕ ਤੇ ਸਵਰਗ ਇੱਕ ਕਹਾਵਤ ਬਣ ਗਈ ਪਾਪੀ ਨਰਕਾਂ ਚ ਤੇ ਪੁੰਨੀ ਸਵਰਗਾ ਚ ਦੋਨੇ ਵਾਪਸ ਆ ਗਏ ਇਹ ਰੱਬ ਦੇ ਪਿਆਰੇ ਲਈ ਕਹਾਵਤ ਕਿਉਂ ਕਿਉਂਕਿ ਉਹ ਇਹਨਾਂ ਦੀ ਇੱਛਾ ਹੀ ਨਹੀਂ ਕਰਦਾ ਉਹਨੂੰ ਪਤਾ ਦੋਨਾਂ ਨੂੰ ਵਾਪਸ ਆਉਣਾ ਪੈਣਾ ਜੂਨੀਆਂ ਵਾਲਾ ਚੱਕਰ ਦੋਨਾਂ ਦਾ ਨਹੀਂ ਮਿਟਣਾ ਗੁਰਸਿੱਖ ਨੇ ਬੰਦਗੀ ਕਰਕੇ ਗੁਰਸਿੱਖ ਦਾ ਇਹਨਾਂ ਨਾਲ ਵਾਅ ਵਾਸਤਾ ਨਹੀਂ ਉਹ ਅੱਗੇ ਗੁਰੂ ਦੀ ਕਿਰਪਾ ਪ੍ਰਾਪਤ ਕਰਦਾ ਹੈ ਤੇ ਉਹਦਾ ਵਾਸਾ ਕਿੱਥੇ ਗੁਰੂ ਦੇ ਚਰਨਾਂ ਵਿੱਚ ਜਿੱਥੇ ਗੁਰੂ ਉੱਥੇ ਰਹਿਣਾ ਚਾਹੁੰਦਾ ਗੁਰੂ ਦੇ ਚਰਨਾਂ ਵਿੱਚ ਔਰ ਉੱਥੇ ਵਸਣਾ ਚਾਹੁੰਦਾ ਉਹੀ ਗੱਲ ਸਾਨੂੰ ਭਾਈ ਗੁਰਦਾਸ ਸਾਹਿਬ ਦਰਸਾਉਂਦੇ ਆ ਔਰ ਉਹੀ ਸਾਡੇ ਤੇ ਕਿਰਪਾ ਕਰ ਰਹਿ ਕਹਿੰਦੇ ਆ ਗੁਰਮਖ ਜਿਹੜਾ ਨਾ ਬਾਛੈ ਨਾ ਸਵਰਗ ਬਾਸ ਸਵਰਗ ਦਾ ਵਾਸਾ ਨਹੀਂ ਚਾਹੁੰਦਾ ਔਰ ਮਾਨੈ ਨਾ ਨਰਕ ਤਰਾਸ ਜੇ ਕੋਈ ਕਹੇ ਬੜੇ ਦੁੱਖ ਹੋਣੇ ਕਹਿੰਦੇ ਡਰਦਾ ਨਹੀਂ ਕਹਿੰਦਾ ਦੁੱਖਾਂ ਨੂੰ ਕੱਟਣ ਵਾਲਾ ਸੁੱਖਾਂ ਨੂੰ ਪ੍ਰਦਾਨ ਕਰਨ ਵਾਲਾ ਔਰ ਮੇਰਾ ਦਾਤਾ ਹੈ ਸੁਖ ਦਾਤਾ ਪੈ ਪੰਜਨੋਂ ਤਿਸ ਆਗੇ ਕਰ ਅਰਦਾਸ ਉਦੇ ਚਰਣਾ ਚ ਅਰਜੋਈ ਕਰ ਉਹਦੇ ਚਰਣਾ ਵਿੱਚ ਜੁੜ ਉਹ ਦੁੱਖਾਂ ਦਾ ਨਾਸ਼ ਕਰੇਗਾ ਅਰ ਸੁੱਖਾਂ ਨੂੰ ਉਹੀ ਪ੍ਰਦਾਨ ਕਰਨ ਵਾਲਾ ਹੈ ਆਸਾ ਨ ਕਰਤ ਚਿੱਤ ਚਿੱਤ ਦੇ ਵਿੱਚ ਇਹਨਾਂ ਦੀ ਆਸਾ ਇੱਛਾ ਨਹੀਂ ਪ੍ਰਗਟ ਕਰਦਾ ਕਿ ਮੈਨੂੰ ਇਹੋ ਕੁਝ ਮਿਲੇ ਅਰ ਕਹਿ ਲੱਗੇ ਹੋਣ ਹਾਰ ਹੋਏ ਹੈ ਉਹ ਕਹਿੰਦਾ ਜੋ ਗੁਰੂ ਨੇ ਪਾਣਾ ਵਰਤੌਣਾ ਉਹ ਵਰਤੀ ਜਾਣਾ ਆ ਵਰਤੀ ਜਾਣਾ ਆ ਔਰ ਦੁੱਖ ਨੂੰ ਵੇਖ ਕੇ ਗੁਰੂ ਦਾ ਦਰ ਛੱਡਦਾ ਨਹੀਂ ਭਗਤਾਂ ਤੇ ਵੀ ਇਹ ਸਮੇ ਆਏ ਗੁਰੂ ਕੇ ਸਿੱਖਾਂ ਤੇ ਵੀ ਆਏ ਬੜੇ ਬੜੇ ਲਾਲਚ ਦਿਖਾਏ ਗਏ ਜ਼ਿੰਦਗੀ ਬੱਜ ਜਾਵੇਗੀ ਪਰ ਗੁਰੂ ਕੇ ਸਿੱਖਾਂ ਨੇ ਕਿਹਾ ਬਈ ਫਿਰ ਮੌਤ ਨਹੀਂ ਆਵੇਗੀ ਕਹਿੰਦੇ ਆਵੇਗੀ ਕਹਿੰਦੇ ਫਿਰ ਗੁਰੂ ਤੋਂ ਬੇਮੁਖ ਥੋੜਾ ਹੋਣਾ ਵੱਡੀਆਂ ਵੱਡੀਆਂ ਰਾਜ ਧਾਨੀਆਂ ਨੂੰ ਔਰ ਠੋਕਰਾਂ ਮਾਰੀਆਂ ਨਾ ਠੁਕਰਾ ਦਿੱਤਾ ਉਹਨਾਂ ਨੇ ਕਿਹਾ ਨਹੀਂ ਗੁਰੂ ਵਾਲਾ ਪਾਸਾ ਤੇ ਕਹਿੰਦੇ ਗੁਰੂ ਵਾਲਾ ਪਾਸਾ ਤੇ ਆਰੇ ਥੱਲੇ ਆ ਜਾਓ ਉਹਨਾਂ ਆਰਾ ਮੰਜ਼ੂਰ ਕਰ ਲਿਆ ਕਹਿੰਦੇ ਆਰਾ ਪਿਆਰਾ ਲਗਤ ਹੈ ਕਾਰਾ ਕਰੂ ਬੁਨਾਈ ਸਿਰ ਜਾਂਦਾ ਤੇ ਜਾਣ ਦੇ ਮੇਰਾ ਸਿੱਖੀ ਸਿੱਧਕ ਨਾ ਜਾਏ ਉਹਨਾਂ ਨੇ ਉਹ ਦੁੱਖ ਨੂੰ ਪ੍ਰਵਾਨ ਕਰ ਲਿਆ ਮੈਨੂੰ ਦੁੱਖ ਦਾ ਡਰ ਨਹੀਂ ਤੇ ਫਿਰ ਤੂੰ ਡਰਦਾ ਕਦੋਂ ਆ ਕਹਿੰਦੇ ਜਦੋਂ ਗੁਰੂ ਦੇ ਚਰਨਾਂ ਨਾਲੋਂ प्रीਤੀ ਟੁੱਟੇ ਗੁਰੂ ਨਾਲੋਂ ਨਾਤਾ ਟੁੱਟਣ ਤੋਂ ਡਰਦਾ ਆਂ ਸ਼ਰੀਰ ਤਾਂ ਵਾਰ-ਵਾਰ ਮਿਲ ਸਕਦਾ ਪਰ ਗੁਰੂ ਦੀ ਨਦਰ ਗੁਰੂ ਦੀ ਰਹਿਮਤ ਗੁਰੂ ਦੀ ਹਜ਼ੂਰੀ ਇਹ ਵਾਰ-ਵਾਰ ਨਸੀਬ ਨਹੀਂ ਹੋਣੀ ਇਸ ਕਰਕੇ ਉਹ ਗੁਰਸਿੱਖ ਕਹਿੰਦਾ ਹੋ ਨਹਾਰ ਹੋਏ ਹੈ ਜੋ ਹੋਣਾ ਬਾਣਾ ਵਾਪਰਨਾ ਉਹ ਵਾਪਰ ਹੀ ਦਾਣਾ ਇਹਦੀ ਇੱਛਾ ਨਹੀਂ ਕਰਦਾ ਭਾਈ ਸਾਹਿਬ ਕਹਿੰਦੇ ਸੰਪਤ ਨ ਹਰਖ ਬਿਪਤ ਮੈ ਨ ਸੂਗਤਾ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਹੇ ਭਾਈ ਸਾਹਿਬ ਕਹਿੰਦੇ ਔਰੋ ਸੰਪਤੀ ਵੇਖ ਕੇ ਤਨ ਦੌਲਤ ਦੇਖ ਕੇ ਖੁਸ਼ ਨਹੀਂ ਹੁੰਦਾ ਉਹਨੂੰ ਪਤਾ ਹੈ ਦਾਤੇ ਦੀ ਬਖਸ਼ੀ ਤੇ ਦਾਤਾ ਦੇਨਹਾਰ ਉਹਦਾ ਸ਼ੁਕਰਾਨਾ ਕਰਦਾ ਤੇ ਬਿਪਤਾ ਦਾ ਸਮਾ ਆ ਗਿਆ ਔ ਖਿਆਲਾ ਸਮਾ ਆ ਗਿਆ ਤੇ ਕਦੇ ਵੀ ਉਹਦੇ ਵਿੱਚ ਕੁਭਰਾਇਆ ਨਹੀਂ ਔਰ ਉਹਦੇ ਵਿੱਚ ਗਮ ਗੀਨਤਾ ਦੇ ਵਹਿਣ ਵਿੱਚ ਵਹਾ ਨਹੀਂ ਕਹਿੰਦਾ ਦਾਤਾ ਕਿਰਪਾ ਕਰੀ ਮੈਂ ਇਹਦੇ ਵਿੱਚ ਡੋਲ ਨਾ ਜਾਵਾਂ ਮੇਰੀ ਤੇ ਰਹਿਮਤ ਰੱਖੀ ਇਹ ਜਿਹੜਾ ਤੂੰ ਸਮਾ ਬਖਸ਼ਿਸ਼ ਕੀਤਾ ਨਾ ਇਹਦੇ ਵਿੱਚ ਮੈਂ ਡੋਲ ਨਾ ਜਾਵਾਂ ਇਹਦੇ ਵਿੱਚੋਂ ਮੈਂ ਨੰਗੂnga ਤਾਂ ਜੇ ਤੇਰੀ ਕਿਰਪਾ ਹੋਵੇਗੀ ਮੇਰ ਰੱਖੀ ਉਹਦੇ ਵਿੱਚ ਵੀ ਸੁੱਖ ਦੁੱਖ ਸੰਸਾਰ ਦੋਨਾਂ ਨੂੰ ਬਰਾਬਰ ਸੁੱਖ ਆਇਆ ਤੇ ਰੱਬ ਨੂੰ ਧਿਆਇਆ ਤੇ ਰੱਬ ਨੂੰ ਕਿਹਾ ਤੂੰ ਦੇਨਹਾਰਾ ਤੇਰੀ ਬਖਸ਼ਿਸ਼ ਮੇਰ ਰੱਖੀ ਸੁੱਖਾਂ ਨੂੰ ਦੇਖ ਕੇ ਤੂੰ ਨਾ ਭੁੱਲੇ ਤੇ ਦੁੱਖ ਆਇਆ ਉਹਦੇ ਵਿੱਚ ਵੀ ਰੱਬ ਧਿਆਇਆ ਰੱਬ ਨੂੰ ਕਿਹਾ ਤੂੰ ਕਿਰਪਾ ਕਰੀ ਤਾਂ ਪਾਰ ਨੰਗੂਗਾ ਦੋਨਾਂ ਵਿੱਚ ਸੰਮਤਾ ਦਾਤਾ ਚੇਤੇ ਆਇਆ ਦੋਨਾਂ ਚ ਬਰਾਬਰਤਾ ਹੀ ਏ ਮਾਲਕ ਚੇਤੇ ਆਇਆ ਦੋਨਾਂ ਚ ਤੇ ਸਿੱਖਾ ਨੂੰ ਮਹਾਰਾਜ ਨੇ ਮਰਜ਼ਾਦਾ ਵੀ ਇਹ ਦਿੱਤੀ ਨਾ ਤੇਰੇ ਘਰੇ ਸੁੱਖ ਦਾ ਸਮਾ ਆਇਆ ਖੁਸ਼ੀਆਂ ਦੇ ਖੇੜੇ ਆਏ ਤਾਂ ਵੀ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਕਾਰਜ ਆਰੰਭ ਕਰ ਔਰ ਕਿਤੇ ਦੁਰਘਟਨਾ ਵਾਪਰ ਗਈ ਤਾਂ ਵੀ ਗੁਰੂ ਦੇ ਨਾਲ ਉਸ ਕਾਰਜ ਨੂੰ ਸੰਪੰਨ ਕਰ ਬਾਰੀ ਤੌਰ ਤੇ ਵੀ ਸਾਨੂੰ ਇਹ ਫਲਸਫਾ ਦਿੱਤਾ ਤੇ ਗੁਰੂ ਕੇ ਸਿੱਖ ਉਹਨੂੰ ਨਿਭਾਉਂਦੇ ਵੀ ਸੁਖ ਦੁੱਖ ਦੇ ਵਿੱਚ ਖੁਸ਼ੀ ਗਮੀਂ ਦੇ ਵਿੱਚ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਦੇ ਬਾਣੀ ਪੜ੍ਹਦੇ ਪੜ੍ਹਾਉਂਦੇ ਗੁਰੂ ਨਾਲ ਜੁੜਦੇ ਭਾਈ ਸਾਹਿਬ ਕਹਿੰਦੇ ਨੇ ਉਹ ਬੇ ਹਸ ਨਾ ਰੋਏ ਹੈ ਉਹ ਖੁਸ਼ੀ ਨੂੰ ਵੇਖ ਕੇ ਹਾ ਖਿੜਖੜਾ ਕੇ ਹੱਸਦਾ ਨਹੀਂ ਤੇ ਬਿਬਤਾ ਨੂੰ ਵੇਖ ਕੇ ਰੋਂਦਾ ਕੁਰਲਾਂਦਾ ਨਹੀਂ ਹਾਵੇ ਹੋ ਕੇ ਨਹੀਂ ਮਾਰਦਾ ਪਾਈ ਸਾਹਿਬ ਕਹਿੰਦੇ ਜਨਮ ਜੀਵਨ ਮ੍ਰਿਤਾ ਮੁਕਤ ਨਾ ਭੇ ਦੁਖੇ ਦਾ ਕਹਨ ਲੱਗੇ ਜਨਮ ਤੇ ਜੀਵਨ ਜਿਉਣਾ ਉਦੋਂ ਬਾਦ ਮ੍ਰਿਤ ਮੌਤ ਹੋਵਣੀ ਕਹਨ ਲੱਗੇ ਇਨਾ ਤੋਂ ਮੁਕਤ ਹੋਣਾ ਰਹਿਤ ਹੋਣਾ ਮੁਕਤ ਨਾ ਇਹਦੇ ਮੁਕਤ ਬੋਪੜੀ ਪੀ ਗਿਆਨੀ ਤਿਆਗੇ ਉਹਦਾ ਵੀ ਲਾਲਚ ਨਹੀਂ ਔਰ ਉਹਨੂੰ ਵੀ ਵੇਖ ਕੇ ਭੇਦ ਜਾਣ ਕੇ ਦੂਰੀ ਵਾਲਾ ਜਾਣ ਕੇ ਕਿਸੇ ਚੀਜ਼ ਨਾਲ ਲਗਾਵਣੀ ਤੇ ਕੁਝ ਕੋਲੋਂ ਚਲੇ ਜਾਣ ਦਾ ਖੇਦ ਦੁੱਖ ਨਹੀਂ ਅਰ ਕਹੇ ਚੀਜ਼ ਦਾ ਦੁੱਖ ਨਹੀਂ ਕਹਿੰਦੇ ਗਮ ਤਾਂ ਤ੍ਰਕਾਲ ਬਲ ਬੁੱਧ ਆਵ ਲੋਕ ਹੈ ਕਹਿੰਦੇ ਗੁਰੂ ਦਾ ਸਿੱਖ ਜੀਵਨ ਨੂੰ ਕਮਾਉਂਦਾ ਅਰ ਕਮਾਉਂਦਿਆਂ ਕਮਾਉਂਦਿਆਂ ਦੁੱਖ ਤੋਂ ਦੂਰ ਹੋ ਜਾਂਦਾ ਭੇਦ ਪਰਮਾਤਮਾ ਦਾ ਜਾਣਦਾ ਉਹਦੇ ਗੁੱਝੇ ਪੇਦਾਂ ਨੂੰ ਦੁਨੀਆ ਨਹੀਂ ਜਾਣਦੀ ਕਹਿੰਦੇ ਗਮ ਤਰਕਾਲ ਦੀ ਦੁਨੀਆ ਦੇ ਉਹ ਵਿਚ ਵਿਚਰਦਾ ਹੈ ਲੋਕਾਂ ਨੂੰ ਇਹ ਲੱਗਦਾ ਹੈ ਵੀ ਇਹ ਦਾਨਾ ਮੁਸਤਾਨਾ ਜਿਆ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਗਮਤਾ ਉਹਦੀ ਪਹੁੰਚ ਬੰਦਗੀ ਵਾਲੇ ਦੀ ਤਿੰਨਾ ਕਾਲਾਂ ਤੱਕ ਤਿੰਨਾ ਲੋਕਾਂ ਤੱਕ ਹੈ ਉਹ ਜਾਣਦਾ ਕਿਥੇ ਕੀ ਸੁਰਤ ਏਡੀ ਵੱਡੀ ਅੰਦਰ ਦੀ ਉਡਾਰੀ ਸੂਝ ਇਨੀ ਕਹਿੰਦੇ ਬਲ ਬੁੱਧ ਤੇ ਬੁੱਧ ਬਾਰੀ ਤੌਰ ਤੇ ਆਉ ਵਿਚਰਦਾ ਜਿਵੇਂ ਅਚੇਤ ਬੱਚਾ ਹੋਵੇ ਕੋਈ ਸਮਝ ਨਹੀਂ ਬੇਸਮਝਾ ਨਹੀਂ ਲੋਕ ਕਹਿੰਦੇ ਦਾ ਪਾਗਲ ਨੇ ਇਹ ਤਾਂ ਝੱਲਾ ਹੈ ਕਹਿੰਦੇ ਭਗਤਾਂ ਦਾ ਜੀਵਨ ਪੜ ਕੇ ਵੇਖੋ ਗੁਰੂ ਸਾਹਿਬ ਨੂੰ ਨਹੀਂ ਛੱਡਿਆ ਸਤਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਕਹਿੰਦੇ ਰਹਿ ਕੋਈ ਆਖੇ ਭੂਤਨਾ ਕੋ ਕਹੇ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸਾਹਾ ਕਾ ਉਹਦਾ ਮਾਲਕ ਨਾਲ دیਵਾਨਾ ਹੋ ਗਿਆ ਤੇ ਲੋਕ ਕਹਿੰਦੇ ਪਾਗਲ ਹੋ ਗਿਆ ਇਹਨੂੰ ਕੋ ਚਿੰਬੜ ਗਿਆ ਮਹਾਰਾਜ ਕਹਿੰਦੇ ਬਈ ਉਹਦੀ ਬੁੱਧੀ ਬਾਰੀ ਤੌਰ ਤੇ ਦੇਖਣ ਨੂੰ ਐਉਂ ਦਿਸਦਾ ਪਰ ਜੋ ਕੁਝ ਉਹ ਜਾਣਦਾ ਹੈ ਨਾ ਰੱਬ ਨਾਲ ਜੁੜਿਆ ਹੋਇਆ ਉਦੇ ਮਾਰਗ ਤੇ ਤੁਰਿਆ ਹੋਇਆ ਹੋਰ ਕਿਸੇ ਕੋਲ ਸੂਝ ਨਹੀਂ ਉਹ ਤਿੰਨਾ ਲੋਕਾਂ ਦੀ ਗਿਆਤ ਰੱਖਦਾ ਹੈ ਤੇ ਦੁਨੀਆ ਨੂੰ ਕੋਈ ਪਤਾ ਨਹੀਂ ਦੁਨੀਆ